ਤੇ ਇੱਕ ਕੁਰਸੀਆਂ ਦੀ ਤੋੜ ਭੰਨ ਤੋਂ ਬਾਅਦ ਹਜ ਤੋਬਾ ਨੂੰ ਕਿਵੇਂ ਵੇਖ? ਵੇਖੋ ਜਿਹੜੀ ਕੁਰਸੀ ਆ, ਕੁਰਸੀ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਲਾਉਣ ਤੇ ਨਿਰੰਕਾਰੀ ਨੇ ਲਾਈ ਸੰਤਾਂ ਪਿੰਡਰਾਲਿਆਂ ਦੇ ਟਾਈਮ ਦੇ ਤੇ, ਜਿੱਥੋਂ ਇਹ ਸਾਰਾ ਪਸਾਦ ਇਹ ਕੁਰਸੀ ਤੋਂ ਸ਼ੁਰੂ ਹੋਇਆ ਸੀ। ਇਹ ਕੁਰਸੀ ਦਾ ਹੀ ਪਵਾੜਾ ਪਾਇਆ ਹੋਇਆ, ਉੱਥੇ ਨੌ ਸਿੰਘਾਂ ਨੂੰ ਗੋਲੀਆਂ ਮਾਰ ਕੇ ਅੰਮ੍ਰਿਤਸਰ ਸ਼ਹੀਦ ਕੀਤਾ ਗਿਆ। ਇਹ ਕੁਰਸੀ ਦਾ ਪਵਾੜਾ ਹੀ ਸਾਰਾ ਇਹਦਾ। ਤੇ ਅੱਜ ਫਿਰ ਤੁਸੀਂ ਕੁਰਸੀਆਂ ਡਾਹੀ ਜਾਂਦੇ, ਕਿਹੜੇ ਬੰਨੇ ਸਿੱਖਿਆ ਤੁਸੀਂ? ਲਾਹਣ ਤੋਂ ਦੇ ਸਿੱਖ ਹੋਣ ਦੇ ਜਿਹੜਾ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਕੁਰਸੀ ਲਾਉਂਦਾ ਵਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਦੋਂ ਮਹਾਰਾਜ ਸ਼ਬਦ ਪ੍ਰਕਾਸ਼ ਹੋ ਗਿਆ, ਉਦਨ ਤੋਂ ਥੱਲੇ ਬਹਿਣਾ ਸਾਹ ਪਛਾਉਣੀ ਸ਼ੁਰੂ ਕਰ ਦਿੱਤੀ। ਤੇ ਤੁਸੀਂ ਕਿਹੜੀਆਂ ਕੁਰਸੀਆਂ ਤੇ ਬਹਿਣਾ ਚਾਹੁੰਦੇ? ਜਿਹੜੇ ਕਹਿਣ ਡੇ ਬੋਲਣ ਡੇ, ਇੱਕ ਮਾਤਾ ਵੀ ਸਤਿਕਾਰਯੋਗ ਆ, ਚਲੋ ਸਾਡੇ ਮਾਤਾ ਵੀ ਮਾੜਾ ਸ਼ਬਦ ਨਹੀਂ ਬੋਲਣਾ, ਇੱਕ ਗੁਰਦੁਆਰੇ ਦਾ ਗ੍ਰੰਥੀ ਸਿੰਘ ਬੋਲਣ ਡਿਆ, ਇਹ ਕੁਰਸੀਆਂ ਇਹ ਜ਼ਰੂਰੀ ਆ। ਉਹਨੂੰ ਤੂੰ ਕਹੋ, ਉਹਨੂੰ ਮੈਂ ਸਮਝਾਉਣਾ ਚਾਹੁੰਦਾ ਵੀ ਆਪਣੇ ਤੂੰ ਬਾਹਰ ਲਾ ਲਾ ਜਾਂ ਆਪਣੇ ਘਰੇ ਲਾ ਲਾ ਕੁਰਸੀਆਂ। ਗੁਰੂ ਸਾਹਿਬ ਕੋਲ ਲੈਣ ਕੇ ਆਉਂਦੇ ਤੁਸੀਂ ਤੇ ਭੀਖ ਮੰਗ ਕੇ ਆਉਂਦੇ ਜੇ ਕਿ ਉੱਥੇ ਆਪਣੇ ਤੁਸੀਂ ਰਾਜੇ ਬਣ ਕੇ ਆਉਂਦੇ ਜੇ ਤੁਸੀਂ ਉਹਨੂੰ ਕੋਈ ਵਰ ਦੇਣ ਆਉਂਦੇ ਕਿ ਵਰ ਲੈਣ ਆਉਂਦੇ ਜੇ? ਉਸ ਕੁਰਸੀ ਨੇ ਇੱਕ ਤਗੜੀ ਤਗੜੀ ਨਿਰੰਕਾਰੀ ਦੀ ਕੁਰਸੀ ਨੇ ਇੱਕ ਐਡਾ ਵੱਡਾ ਇੱਕ ਮੂਵਮੈਂਟ ਉੱਥੋਂ ਸਟਾਰਟ ਹੋਈ ਅਤੇ ਉਹਦਾ ਕਿਤੇ ਦਾ ਕਿਤੇ ਨਵਾਇਜਾ ਭੁਗਤਣਾ ਪਿਆ ਉਹਨਾਂ ਨੂੰ। ਉਹਨਾਂ ਦੇ ਚਲੋ ਮਹਾਰਾਜ ਕਿਰਪਾ ਕੀਤੀ, ਮਹਾਰਾਜ ਸੇਵਾ ਵੀ ਲਈ। ਅਤੇ ਜਿਹੜੇ ਅੱਜ ਵੀ ਉਹ ਟਾਈਮ ਅੱਜ ਦੇ ਨਿਰੰਕਾਰੀ ਜਿਹੜੇ ਕੁਰਸੀਆਂ ਡਾਹ ਡਾ ਕੇ ਬੈਠੇ ਨਾ, ਗੌਰਮੈਂਟ ਉਦਣ ਤੋਂ ਵੇਖੋ ਜਿਹੜੀ ਗੌਰਮੈਂਟ ਹੈ ਉਹ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੀ। ਦਿੱਲੀ ਨੇ ਉਹਦੇ ਸੋਚਿਆ ਵੀ ਇਹ ਕੁਰਸੀ ਤੋਂ ਪਵਾੜਾ ਸੀ। ਉਹਨੇ ਘਰ ਘਰ ਕੁਰਸੀਆਂ ਲਵਾਤੀਆਂ, ਹਰ ਗੁਰਦੁਆਰੇ ਕੁਰਸੀ ਲੱਗੀ ਹੈ। ਜਾ ਕੇ ਵੇਖ ਲਓ ਜਿੰਨੇ ਗੁਰਦੁਆਰੇ ਸ਼ਹਿਰਾਂ ਦੇ ਵਿੱਚ ਆ ਨਾ, ਪਿੰਡਾਂ 'ਚ ਨਹੀਂ ਤੁਹਾਨੂੰ ਮਿਲੂਗੀ, ਪਿੰਡਾਂ 'ਚ ਫਿਰ ਵੀ ਕਿਤੇ ਨਾ ਕਿਤੇ ਜਾਗਰਤ ਹੈਗੀ ਆ, ਕਿਉਂਕਿ ਸ਼ਹਿਰਾਂ 'ਚ ਉਹਨਾਂ ਦਾ ਜ਼ੋਰ ਹੈ ਆਰ ਐੱਸ ਐੱਸ ਦਾ। ਉਹ ਕਿਤੇ ਨਾ ਕਿਤੇ ਦਾੜੇ ਰੱਖ ਕੇ ਚੋਲੇ ਪਾ ਕੇ ਸਾਡੇ ਭੇਸ ਦੇ ਵਿੱਚ ਆਣ ਕੇ, ਔਰ ਗਾੜੀ ਇੱਥੋਂ ਤੱਕ ਵੀ ਹੈ ਰਾਧਾ ਸਵਾਮੀ ਅਤੇ ਗੁਰਦੁਆਰੇ ਦੇ ਪ੍ਰਧਾਨ ਆ। ਤੁਹਾਨੂੰ ਮੈਂ ਕਈ ਦਿਖਾ ਦੂੰਗਾ, ਇੱਕ ਨਹੀਂ ਕਈ ਥਾਈਂ ਉਹ ਪ੍ਰਧਾਨ ਬਣਿਆ। ਉਹਨਾਂ ਫਿਰ ਉਹ ਚਾਲ ਚੱਲ ਕੇ ਕੁਰਸੀਆਂ ਲੱਗੀਆਂ, ਉਹ ਕੁਰਸੀ ਦਾ ਪਵਾੜਾ ਕੁਰਸੀ ਦਾ ਹੀ ਆ। ਸਾਡੇ ਇੱਕ ਸਿੱਖ ਪ੍ਰਚਾਰਕ ਦੀ ਮੈਂ ਸਵੇਰੇ ਵੀਡੀਓ ਸੁਣ ਰਿਹਾ ਸੀ, ਉਹ ਕਹਿੰਦੇ ਕਿ ਉਹ ਤੋਂ ਖਤਰਾ ਕਾਹਦਾ ਕੁਰਸੀਆਂ ਤੋਂ, ਜੇ ਕੋਈ ਆਣ ਕੇ ਬਹਿ ਜਾਂਦਾ, ਕਿਸੇ ਦੇ ਗਿੱਟੇ ਨਹੀਂ ਕੰਮ ਕਰਦੇ, ਗੋਡੇ ਨਹੀਂ ਕੰਮ ਕਰਦੇ, ਤੇ ਉਹਦੇ ਜ਼ਮੀਨ ਤੇ ਨਹੀਂ ਬੈਠ ਸਕਦੇ, ਉਹ ਕਿਹੜੀ ਬੇਅਦਬੀ ਕਰਦੇ ਆ? ਉਹ ਇਹੋ ਜਿਹੇ ਪ੍ਰਚਾਰਕ ਸਾਡੇ ਪ੍ਰਚਾਰਕ ਆ, ਉਹ ਸਿੱਖ ਹੋਣ ਦਾ ਢੋਂਗ ਵੀ ਰਚਦੇ ਨਹੀਂ ਜੀ। ਵੇਖੋ ਜਿਹੜਾ ਵੀ ਇਹ ਗੱਲ ਕਰਦਾ ਕਿਤੇ ਨਾ ਕਿਤੇ ਉਹ, ਵੇਖੋ ਜੇ ਆਪਾਂ ਸਟਾਰਟਿੰਗ ਕਰੀਏ ਵੀ ਸਿੱਖ ਮਸ਼ੀਨਰੀ ਕਾਲਜ ਜਿਹੜਾ ਲੁਧਿਆਣਾ ਬਣਾਇਆ ਵਾ, ਗੌਰਮੈਂਟ ਨੇ ਬਣਾਇਆ ਵਾ। ਵੇਖੋ ਇੱਕ ਘਰ ਨੂੰ ਤੋੜਨ ਵਾਲਾ ਬੰਦਾ ਤੁਹਾਡੀ ਸਹੂਲਤ ਕਿੱਦਾਂ ਕਰ ਦੇ ਸਕਦਾ? ਤੁਹਾਨੂੰ ਤੁਹਾਡਾ ਪ੍ਰਚਾਰ ਕਰ ਸਕਦਾ ਜਿਹੜਾ ਤੁਹਾਨੂੰ ਖਤਮ ਕਰਨ 'ਤੇ ਤੁਰਿਆ ਵਾ? ਤੋ ਗੌਰਮੈਂਟ ਲੁਧਿਆਣਾ ਮਸ਼ੀਨਰੀ ਕਾਲਜ ਬਣਾਉਣ ਡਈ, ਉਹ ਤਾਂ ਕੀ ਬਣਾਉਣ ਡਈ? ਇੱਕ ਤਰ ਖੜੀ ਕਰ ਕੇ ਇੱਕੋ ਹੀ ਗੁਰੂ, ਇੱਕੋ ਹੀ ਗੁਰੂ ਆ, ਗੁਰੂ ਸਾਹਿਬ ਤੋਂ ਬਿਨਾਂ ਦੂਜਾ, ਵੀ ਦੂਜਾ ਇਤਿਹਾਸ ਲੈ ਲਵਾਂਗੇ ਤਾਂ ਕਿੱਥੋਂ ਪੂਰਾ ਹੋਜੂਗਾ ਤੁਹਾਡਾ? ਜੇਕਰ ਅਸੀਂ ਇੱਕ ਪ੍ਰਚਾਰਕ ਕਹਿ ਰਿਹਾ ਵਾ ਵੀ ਆਪਾਂ ਸਾਡੇ ਮਤਲਬ ਕਿ ਇਹ ਨਹੀਂ ਗੇ ਪੀਰ, ਤਾਂ ਪੀਰ ਹੋਰ ਤੇਰਾ ਕੌਣ ਹੈ? ਮੈਨੂੰ ਇਹ ਸਮਝਣ ਬੰਦਾ ਪੁੱਛਣ ਵਾਲਾ ਹੋਵੇ ਵੀ ਤੈਨੂੰ ਕੁਛ ਸਮਝ ਹੈ ਸਿੱਖੀ ਸਿਧਾਂਤਾਂ ਬਾਰੇ? ਮਹਾਰਾਜ ਦਾ ਪ੍ਰਕਾਸ਼ ਆ, ਜਿੱਥੇ ਜਿੱਥੇ ਚਾਰੇ ਤਖਤਾਂ ਦੇ ਉੱਤੇ, ਤਿੰਨਾਂ ਤਖਤਾਂ ਦੇ ਉੱਤੇ ਮਹਾਰਾਜ ਦੇ ਜਿਹੜੇ ਸ਼ਸਤਰ ਆ ਉੱਚੀ ਥਾਂ ਰੱਖੇ ਗਏ ਆ, ਸ਼ਬਦ ਤੋਂ ਵੀ ਉੱਪਰ ਰੱਖੇ ਗਏ ਆ। ਤੇ ਤੂੰ ਕਹੀ ਨਾ ਅਸੀਂ ਕਿਤਨਾ ਮੰਨ ਲਾਂਗੇ ਪੀਰਾਂ ਤੋਂ? ਮੈਨੂੰ ਦੱਸ ਵੀ ਸ਼ਸਤਰ ਤੋਂ ਬਿਨਾਂ ਕਿਹੜੀ ਜੰਗ ਜਿੱਤੀ ਆ, ਕਿਹੜੀ ਕੌਮ ਨੇ ਜਿੱਤੀ ਆ, ਕਿੱਥੇ ਸ਼ਸਤਰ ਤੋਂ ਬਿਨਾਂ ਬਹਾਦਰ ਜਿੱਤੀ ਗਈ ਆ, ਤੇਗ ਤੋਂ ਬਿਨਾਂ ਕਿਹੜਾ ਜੰਗ ਜਿੱਤਿਆ ਗਿਆ ਵਾ, ਕਿੱਥੇ ਗੋਲਾਬਾਰੀ ਤੋਂ ਬਿਨਾਂ ਕੋਈ ਕੰਮ ਸਰਿਆ ਕਿਤੇ? ਸ਼ਸਤਰਾਂ ਸ਼ਸਤਰ ਕੇ ਅਧੀਨ ਹੈ ਰਾਜ ਜਿਹੜਾ ਸ਼ਸਤਰ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੋਕ ਆਉਂਦੀ ਆ ਬਾਣੀ ਦੇ ਵਿੱਚ ਵੀ ਕਿ ਸ਼ਸਤਰ ਤੋਂ ਬਿਨਾਂ ਨਹੀਂ ਮਤਲਬ ਕਿ ਸਾਨੂੰ ਕੋਈ ਰਾਹ ਮਿਲ ਸਕਦਾ, ਸ਼ਸਤਰ ਹੀ ਰਸਤਾ ਦਿਖਾਉਂਦਾ ਵਾ। ਮੇਰੇ ਗੱਲ 'ਚ ਤੇਗ ਜਿੱਦਣ ਦੀ ਪਈ ਹੈ, ਮੈਂ ਨਿਹੰਗ ਸਿੰਘ ਬਣੇ ਨੂੰ 12 ਸਾਲ ਹੋ ਗਏ ਆ, ਉਸ ਦਿਨ ਤੋਂ ਮੇਰਾ ਕਦੇ ਝਗੜਾ ਨਹੀਂ ਹੋਇਆ, ਨਹੀਂ ਤਾਂ ਕਦੀ ਬਾਅਦ 'ਚ ਕਦੀ ਉੱਥੇ ਇੱਥੇ ਝਗੜਾ ਹੁੰਦਾ ਰਹਿੰਦਾ ਸੀ। ਜਿੱਦਣ ਦਾ ਪੀਰ ਗੱਲ 'ਚ ਆਇਆ ਵਾ, ਉਦੋਂ ਤੱਕ ਇਹਦੀ ਹਿੰਮਤ ਨਹੀਂ ਪਈ ਮੇਰੇ ਗੱਲ ਸਵਾਲ ਵੀ ਕਰਨ ਦੀ, ਕਿਉਂਕਿ ਮੇਰੇ ਗੱਲ ਦੇ ਵਿੱਚ ਪੀਰ ਦਵੇਂ ਪਾਤਸ਼ਾਹ ਨੇ ਪਾਇਆ ਵਾ।